ਚੰਦਰਮਾ ਦੀ ਸਤ੍ਹਾ ਤੋਂ 2.1 ਕਿਲੋਮੀਟਰ ਪਹਿਲਾਂ ਚੰਦਰਯਾਨ 2 ਦਾ ਪ੍ਰਿਥਵੀ ਨਾਲੋਂ ਸੰਪਰਕ ਟੁੱਟ ਗਿਆ। ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵ 'ਤੇ ਰਾਤ 1:55 ਵਜੇ ਹੋਣੀ ਸੀ। ਇੱਥੇ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਦਾ ਯਾਨ ਨਹੀਂ ਪਹੁੰਚ ਸਕਿਆ ਸੀ। ਲੈਂਡਿੰਗ ਕਾਮਯਾਬ ਰਹਿੰਦੀ ਤਾਂ ਸਵੇਰੇ 5:19 'ਤੇ ਰੋਵਰ ਪ੍ਰਗਿਆਨ ਬਾਹਰ ਆਉਂਦਾ ਅਤੇ ਸਵੇਰੇ 5:45 ਵਜੇ ਪਹਿਲੀ ਤਸਵੀਰ ਕਲਿੱਕ ਕਰਦਾ। ਜੇਕਰ ਇਸ ਦਾ ਸੰਪਰਕ ਨਾ ਟੁੱਟਦਾ ਤਾਂ ਭਾਰਤ ਚੰਦਰਮਾ 'ਤੇ ਉਤਰਨ ਵਾਲਾ 4ਥਾ ਦੇਸ਼ ਬਣਦਾ ਅਤੇ ਰੋਬੋਟਿਕ ਰੋਵਰ ਚਲਾਉਣ ਵਾਲਾ 3ਜਾ ਦੇਸ਼ ਹੁੰਦਾ। ਸਭ ਤੋਂ ਖਾਸ ਗੱਲ ਇਹ ਹੈ ਕਿ ਰੋਵਰ ਪ੍ਰਗਿਆਨ ਦੇ ਪਹੀਏ 'ਤੇ ਅਸ਼ੋਕ ਚਿੰਨ੍ਹ ਅਤੇ ਇਸਰੋ ਦਾ ਲੋਗੋ ਹੈ। ਪ੍ਰਗਿਆਨ ਚੱਲਦਾ ਤਾਂ ਚੰਨ 'ਤੇ ਇਹਨਾਂ ਦੇ ਨਿਸ਼ਾਨ ਛੱਡਦਾ। ਭਾਰਤ ਚੰਨ ਦੇ ਸਭ ਤੋਂ ਮੁਸ਼ਕਿਲ ਦੱਖਣੀ ਧਰੁਵ 'ਤੇ ਇਤਿਹਾਸ ਰਚਨ ਤੋਂ 69 ਸੈਕਿੰਡ ਦੂਰ ਸੀ। ਹਾਲਾਂਕਿ ਚੰਦ ਦੇ ਪੰਧ 'ਚ ਪਹੁੰਚ ਮੌਜੂਦ ਔਰਬਿਟ 1 ਸਾਲ ਤੱਕ ਚੰਦ ਬਾਰੇ ਜਾਣਕਾਰੀ ਦਿੰਦਾ ਰਹੇਗਾ। ਇਜ਼ਰਾਈਲ ਨੇ ਵੀ ਇਸ ਸਾਲ 11 ਅਪ੍ਰੈਲ ਨੂੰ ਦੱਖਣੀ ਧਰੁਵ 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ ਜੋ ਅਸਫਲ ਰਹੀ। ਚੰਦਰਯਾਨ 2 ਦਾ ਧਰਤੀ ਨਾਲ ਸੰਪਰਕ ਟੁੱਟਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਇਸਰੋ ਸੈਂਟਰ ਪੁੱਜੇ ਅਤੇ ਉਹਨਾਂ ਨੇ ਵਿਗਿਆਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਨੂੰ ਸੰਬੋਧਿਤ ਕੀਤਾ। ਉਹਨਾਂ ਕਿਹਾ ਕਿ ਭਾਵੇਂ ਅਸੀਂ ਚੰਦਰਮਾ ਦੀ ਸਤ੍ਹਾ 'ਤੇ ਨਹੀਂ ਪਹੁੰਚ ਸਕੇ ਪਰ ਸਾਡੇ ਹੌਸਲੇ ਅਜੇ ਵੀ ਮਜ਼ਬੂਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਵੀ ਸੰਪਰਕ ਟੁੱਟਣ ਦੇ ਪਲ ਨੂੰ ਸਭ ਵਾਂਗ ਮਹਿਸੂਸ ਕੀਤਾ ਪਰ ਰੁਕਾਵਟਾਂ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਹੋ ਸਕਦਾ। ਚੰਦਰਮਾ ਨੂੰ ਛੂਹਣ ਦੀ ਸਾਡੀ ਇੱਛਾ ਸ਼ਕਤੀ ਮਜ਼ਬੂਤ ਹੋਈ ਹੈ ਅਤੇ ਸੰਕਲਪ ਵੀ ਦ੍ਰਿੜ ਹੋਏ ਹਨ। ਇਸਰੋ ਕਦੇ ਹਾਰ ਮੰਨਣ ਵਾਲਿਆਂ 'ਚੋਂ ਨਹੀਂ ਹੈ। ਨਵੀਂ ਸਿੱਖ ਸਾਨੂੰ ਹੋਰ ਮਜ਼ਬੂਤ ਬਣਾਵੇਗੀ। ਉਹਨਾਂ ਨੇ ਵਿਗਿਆਨਿਕਾਂ ਨੂੰ ਗਲੇ ਲਗਾ ਕੇ ਅਤੇ ਹੱਥ ਮਿਲਾ ਕੇ ਉਹਨਾਂ ਦਾ ਹੌਸਲਾ ਵਧਾਇਆ।